पंजाब दे विच नशे नाल मरन वालियां दी गिनती लगातार वधदी जा रही है, जिस विच नौजवानां दी तादाद बहुत है। इसे तरह दा मामला समराला दे विचों सामने आया। समराला च नशे दे कारण नौजवान दी मौत हो गई है, जिसकी लाश ट्रीटमेंट प्लांट विचों मिली है। मृतक दा मोटरसाइकिल उसकी साथी लड़की दे घरों बरामद होया, जिस मगरों परिवार वालियां ने नौजवान दे कतल दा शक जाहिर कीता है। पुलिस ने मौके ते पहुंच के जांच शुरू कर दी है। तुहानू दस दईए कि राजेंद्र कुमार ने दस्सिया कि उसका भाणजा जसकरण सिंह जो कि 2-3 दिनों तो लापता सी ते उसकी भाल लगातार की जा रही थी। उसके भाणजे की लाश ट्रीटमेंट प्लांट दे गंदे पानी चो बड़ी मुश्किल दे नाल कढ़ी गई, जो कि पूरी तरह गल ते सड़ चुकी सी। जसकरण का मोटरसाइकिल उसकी साथी लड़की दे घरों मिलिया। राजेंद्र ने दसिया कि जसकरण ते लड़की नशा करन दे आदि सन अते इत्थे नशा करन आए सन। राजेंद्र मुताबिक लड़की ने पुलिस दे सामने ये दसिया कि जदों ओह ट्रीटमेंट प्लांट च नशा कर रहा सी तां अचानक जसकरण गंदे पानी विच डिग पिया, परंतु लड़की वालों किसी नूं इस दी खबर ना देन दे शक दे घेरे विच है। मौके ते पुज्जे पिंड करखणा दे लखवीर सिंह ने कहा कि ट्रीटमेंट प्लांट विच उपर रोजाना ही नौजवान नशा करन आउंदे हन, प्रशासन इस वल ध्यान नहीं दिंदा, जिस कारण अते उसदे नाल लड़की भी नशा करन आई सी तां इह घटना होई है। अंबेडकर मिशन न्यूज चैनल दे नाल लखविंदर सिंह दी खास रिपोर्ट। ਮੇਰਾ ਨਾਮ ਅਜਿੰਦਰ ਕੁਮਾਰ ਹੈ। ਜਸਕਰਨ ਆ ਮੇਰਾ ਭਾਣਜਾ ਹੈ। ਅੱਛਾ, ਕੀ ਕਰ ਰਿਹਾ? ਪਰਸੋਂ ਤੋਂ ਲਾਪਤਾ ਹੈ ਇਹ। ਅੱਛਾ, ਕੀ ਹੋਇਆ? ਇਹ ਕੁਛ ਜੋ ਐਡਰੈਸ ਦੇ ਸੀਗਾ ਜਾਂ ਨਾਲ ਬੰਦੇ ਕੁਛ ਹੋਰ ਸਾਥੀ ਸੇਵੇ ਅਤੇ ਇੱਥੇ ਜਾ ਕੇ ਇਹਨਾਂ ਨੇ ਨਸ਼ਾ ਪਤਾ ਕੀਤਾ ਅਤੇ ਉਹਦੇ ਵਿੱਚ ਕੌਣ ਸੀ ਨਾਲ? ਇਹਦੇ ਇੱਕ ਲੜਕੀ ਸੀ, ਉਹਦਾ ਨਾਂ ਸੀ ਪੂਜਾ। ਗੜੀ ਵਾਲੇ ਹੁਣ ਤੱਕ ਉਹ ਘਰ ਉਹਦਾ ਅਤੇ ਉਹ ਵੀ ਕੱਲ੍ਹ ਦੀ ਮਤਲਬ ਰੈਸਟ ਹੈ। ਕਿੰਨੇ ਦਿਨ ਤੋਂ ਲਾਪਤਾ ਸੀਗਾ ਜੀ? ਪਰਸੋਂ ਤੋਂ। ਤੁਸੀਂ ਇਤਲਾਤ ਕੀਤੀ ਪੁਲਿਸ? ਹਾਂਜੀ ਹਾਂਜੀ। ਕੀ ਕਾਰਵਾਈ ਕੀਤੀ? ਕੱਲ੍ਹ ਵੀ ਕੱਲ੍ਹ ਦੀ ਹੋ ਰਹੀ ਆ। ਹਾਂਜੀ, ਰਾਤ ਵੀ ਹੁਣ ਅਸੀਂ ਕੱਲ੍ਹ ਦੇ ਗਏ ਸੀ ਚੱਕਰ 'ਚ ਜਾਂ ਕਮੇਟੀ ਵਾਲੇ ਪਾਣੀ ਕੱਢਦੇ ਆ ਰਾਤ ਦੇ 2:30 ਵਜੇ ਗਏ ਹਾਂ ਇੱਥੋਂ ਤੋਂ, ਪਾਣੀ ਜਿੰਨਾ ਨਿਕਲਿਆ ਉਹਨੇ ਕੱਢਿਆ ਤੋਂ ਉਸ ਤੋਂ ਬਾਅਦ ਅੱਜ ਜੋ ਕਾਰਵਾਈ ਕੀਤੀ ਆ ਇਹਨਾਂ ਨੇ ਬਾਹਰੋਂ ਖੋਦ ਮਾਰ ਕੇ ਪਾਈਪ ਪਵਾ ਕੇ ਉਹ ਪਾਣੀ ਕੱਢਣਾ ਸੀਗਾ ਤਾਂ ਕੁਛ ਇਹਨਾਂ ਨੇ ਆਪਣੇ ਦਿਮਾਗ ਨਾਲ ਕੁੰਡੀਆਂ ਪਾ ਕੇ ਦੇਖੀਆਂ ਅਤੇ ਉਹ ਜਿਹੜੀ ਡੈੱਡ ਬੋਡੀ ਸੀ ਉਹ ਪਤਾ ਗਈ। ਤੁਸੀਂ ਪਛਾਣ ਕਰ ਲਈ ਡੈੱਡ ਬੋਡੀ? ਪਛਾਣ ਬੋਡੀ ਪਾਪ ਜੇ ਬਾਹਰ ਕੋਈ ਪਛਾਣ ਆ ਗਈ। ਮੈਂ ਲਖਵੀਰ ਸਿੰਘ ਕਾਰਖਣਾ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਸਕੱਤਰ। ਕੀ ਮਾਮਲਾ ਸੀ ਜਿਹੜੀ ਲਾਸ਼ ਮਿਲੀ? ਇਹ ਮਾਮਲਾ ਦੋਸਤ ਅਟਾਣਾ ਰਹਿੰਦੇ ਨੇ, ਇਹ ਸੋਨੀਆ ਉਹਦਾ ਮੁੰਡਾ ਇਹ ਯਸ਼ਕਰਨ, ਅਤੇ ਇਹ ਪਰਸੋਂ ਦੀ ਗੱਲ ਹੈ। ਪਰਸੋਂ ਕਿਤੇ ਇਹ ਮੁੰਡਾ ਉਰੇ ਆਇਆ ਹੋਣਾ, ਜਿਹੜੀ ਕੁੜੀ ਪੂਜਾ, ਪੂਜਾ ਦੇ ਕਹਿਣ ਦੇ ਮੁਤਾਬਕ ਇਹ ਗੱਲ ਜੋ SHO ਸਾਹਿਬ ਦੇ ਸਾਹਮਣੇ ਗੱਲ ਹੋਈ ਆ, ਉਹ ਇਹ ਕਹਿੰਦੀ ਸੀ ਵੀ ਉੱਥੇ ਟ੍ਰੀਟਮੈਂਟ ਆ ਜਿਹੜਾ ਵੀ ਉੱਥੇ ਅਸੀਂ ਗਏ ਸੀ, ਵੀ ਉਹ ਕਹਿੰਦਾ ਵੀ ਮੇਰਾ ਮੋਬਾਈਲ ਗਿਰ ਗਿਆ, ਵੀ ਮੈਨੂੰ ਕਹਿੰਦਾ ਵੀ ਭੈਣੇ ਵੀ ਮੋਬਾਈਲ ਦਾ ਚਾਨਣਾ ਕਰਕੇ ਵੀ ਮੇਰਾ ਮੋਬਾਈਲ ਕਢਾ ਦੇ। ਕਹਿੰਦੀ ਉਹਦੀ ਬਾਂਹ ਬੂੰਹ ਵੱਜੀ, ਕਹਿੰਦੀ ਵਿੱਚ ਗਿਰ ਗਿਆ ਉਹ। ਕਹਿੰਦੀ ਮੈਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਨਿਕਲਿਆ ਨਹੀਂ, ਕਹਿੰਦੀ ਜਿਹੜੇ ਬੰਦੇ ਉਹ ਕੜੇ ਦੀ ਕੋਲ, ਕਹਿੰਦੀ ਉਹ ਵੀ ਭੱਜ ਗਏ, ਅਤੇ ਉਸ ਤੋਂ ਬਾਅਦ ਚਲੋ ਉਹਦੇ ਕਹਿਣ ਨਾਲ ਜੋ ਇਹ ਗੱਲ ਮੰਨ ਲੈਂਦੇ ਹਾਂ, ਪਰ ਉਹਦਾ ਕੱਢਣਾ ਫਰਜ਼ ਬਣਦਾ ਸੀ ਪੁਲਿਸ ਪ੍ਰਸ਼ਾਸਨ ਨੂੰ ਦੱਸਦੀ ਉਹ ਜੇ ਜੋ ਉਹਦੇ ਘਰ ਦੇ ਸੀ ਉਹਨਾਂ ਨਾਲ ਗੱਲਬਾਤ ਕਰਦੀ। ਨੰਬਰ 2 ਜਿਹੜੀ ਗੱਲ ਹੋਈ ਆ, ਜਿਹੜਾ ਉਹ ਮੁੰਡੇ ਦਾ ਮੋਟਰਸਾਈਕਲ ਸੀ ਉਹ ਪੂਜਾ ਦੇ ਘਰੋਂ ਮਿਲਿਆ। ਨਸ਼ਾ ਨੁਸ਼ਾ ਕਰਨ ਦੇ ਆਦੀ ਸੀ ਇਹ? ਨਸ਼ਾ ਕਰਨ ਦੇ ਆਦੀ ਤੇ ਜੀ? ਹਾਂ ਦੋਨੇ ਜੀ। ਇੱਥੇ ਨਸ਼ਾ ਕਰਨ ਆਏ ਤੇ ਜੀ? ਇਹਦੇ ਵਿੱਚ ਮੈਂ ਪ੍ਰਸ਼ਾਸਨ ਦੀ ਵੀ ਗਲਤੀ ਕਹਿਣਾ, ਜੋ ਇਹ ਟ੍ਰੀਟਮੈਂਟ ਬਣਿਆ ਹੋਇਆ ਇਹ ਆਲੇ ਦੁਆਲੇ ਬੰਦ ਕਿਉਂ ਨਹੀਂ ਕੀਤਾ ਗਿਆ? ਇਹ ਬੰਦ ਵੀ ਹੋਣਾ ਚਾਹੀਦਾ। ਹੁਣ ਇੱਥੇ ਤਾਂ ਜਿਹੜਾ ਮਰਜ਼ੀ ਨਸ਼ੇ ਵਾਲੇ ਤਾਂ ਸਾਰੇ ਉਰੇ ਆਉਂਦੇ ਨੇ, ਇਹ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਹੋਣਾ ਚਾਹੀਦਾ ਜੀ। ਜਸਕਰਨ ਦੀ ਉਮਰ ਕਿੰਨੀ ਸੀ? ਇਹਦੀ 22-23 ਸਾਲ ਦੀ ਜੀ। ਹੁਣ ਕਿੱਥੇ ਰਹਿੰਦਾ ਸੀ? ਅਟਾਣਾ ਪਿੰਡ ਰਹਿੰਦਾ ਸੀ? ਹਾਂ ਜੀ, ਅਟਾਣਾ ਰਹਿੰਦੇ ਸੀ। ਫਾਦਰ ਦਾ ਨਾਮ ਪਤਾ ਜੀ ਕੁਛ? ਫਾਦਰ ਦਾ ਨਹੀਂ ਪਤਾ ਜੀ, ਫਾਦਰ ਦੀ ਡੈਥ ਹੋਈ ਹੋਈ ਹੈ ਜੀ। ਸਰ ਲਾਸ਼ ਬਰਾਮਦ ਹੋਈ ਹੈ ਜੀ, ਕੀ ਹੈਗਾ ਜੀ ਮਾਮਲਾ ਕੁਛ? ਹਾਂ, ਜਸਕਰਨ ਸਿੰਘ ਦੀ ਲਾਸ਼ ਹੈ ਇਹ, ਅਟਾਣਾ ਪਿੰਡ ਦਾ ਰਹਿਣ ਵਾਲਾ ਇਹ। ਇਹਦੇ ਸੰਬੰਧ 'ਚ ਇਹਦੀ ਮਾਤਾ ਨੇ ਸਾਨੂੰ ਵਰਬਲੀ ਤੌਰ 'ਤੇ ਦੱਸਿਆ ਸੀ ਕਿ ਮੇਰਾ ਮੁੰਡਾ ਨਹੀਂ ਮਿਲ ਰਿਹਾ, ਜਿਹਦੇ ਸੰਬੰਧ 'ਚ ਅੱਜ ਇਹਦੀ ਬੋਡੀ ਮਿਲੀ ਆ ਅਤੇ ਇਹਨਾਂ ਦੇ ਬਿਆਨ ਲਿਖ ਕੇ ਅਗਲੀ ਕਾਰਵਾਈ ਅਮਲ 'ਚ ਲੈਂਦੀ ਜਾ ਰਹੀ ਹੈ। ਕੋਈ ਹਾਲੇ ਕੁਛ ਨਹੀਂ ਕਹਿ ਸਕਦੇ, ਹਾਲੇ ਇਹਨਾਂ ਦੇ ਬਿਆਨ ਲਿਖਣੇ ਨੇ, ਬਿਆਨ ਤੋਂ ਬਾਅਦ ਕਲੀਅਰ ਹੋਊਗੀ ਕੀ ਕਰਨਾ।